ਆਹ ਦੇਖੋ ਜੀ ਆਹ ਲਾਇਆ ਸੀਗਾ ਪਿੰਦਰ ਨੂੰ ਗ੍ਰਿਲ ਕਰਨ ਤੇ ਇਹਨੇ ਅੱਗ ਲਾਤੀ ਆਹ ਵੇਖੋ ਇਹ ਉਹੀ ਕੰਮ ਆ ਜੀ ਵੀ ਸਾਡਾ ਕੁੱਤਾ ਟੌਮੀ ਤੇ ਤੁਹਾਡਾ ਕੁੱਤਾ ਕੁੱਤਾ ਹੋਰ ਤੇਰਾ ਕੁਝ ਨਹੀਂ ਪਤਾ ਲੱਗਦਾ ਹੁਣ ਸੁਖਵੀਰ ਲੱਗਿਆ ਟੇਸਟ ਕਰਨ बहुत वधिया हो गए दोस्तों स्वागत है नवे ब्लॉग दे विच ते अज असीं घरी बारबीक्यू लाया है ते क्योंकि ठंड बहुत ज्यादा है ते नाले तां अग सेकांगे ते नाले नाले चांपा बनाउने आ पूरी झटका तेन आही सीख च पौना कि सीखा लिया ਤੰਦਰ ਕਰ ਰਿਹਾ ਨਾ ਤਿੱਖੀਆਂ ਪੂਰੀਆਂ ਰੇਗ ਮਾਰਨ ਨਾਲ ਕੀ ਕਰਨਾ ਨਾ ਤਿੱਖੀਆਂ ਕਰਕੇ ਤਿੱਖੀਆਂ ਦਾ ਸਾਰਾ ਕ੍ਰੈਡਿਟ ਜਾਂਦਾ ਆ ਭਿੰਦਰ ਨੂੰ ਜਿੰਨੀਆਂ ਕਹਿੰਦੇ ਤਿੱਖੀਆਂ ਕਰਤੀਆਂ ਨੇ ਇਹ ਕਿਸੇ ਦੇ ਬੱਜ ਜੇ ਕਰਨਾ ਕੀ ਆ ਤਿੱਖੀਆਂ ਕਰਕੇ ਤੇ ਲਾਉਣੀਆਂ ਚਾਪਾਂ ਅੱਛਾ ਸਪਰਿੰਗ ਰੋਲ ਠੀਕ ਹੈ ਬੰਦਾ ਨਹੀਂ ਬੱਜਦਾ ਜੇ ਤੀਰ ਤੋਂ ਮਾਰੀ ਪਤਾ ਕੀ ਚੱਕਰ ਹੈ ਨਵੀਆਂ ਲਿਆਂਦੀਆਂ ਸੀਗੀਆਂ ਹਾਂ ਤੇ ਇਹਨਾਂ ਨੂੰ ਹੁਣ ਜੇ ਸਾਫ਼ ਕਰਾਂਗੇ ਪੂਰੀ ਵਧੀਆ ਸਾਫ਼ ਕਰਕੇ ਆ ਦੇਖ ਲੋ ਹੱਥ ਕੀ ਬਣਿਆ ਹੋਇਆ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਉਹ ਨੱਕ ਜਦੋਂ ਮਾਰਦੇ ਆ ਉਹ ਜੰਗ ਹੋ ਗਈ ਜੰਗ ਹੋ ਗਈ ਅੱਜ ਜਨਾ ਹਾਰ ਗ੍ਰੀਸ ਦਾ ਵਾਰ ਚੱਲ ਗਈ ਸਾਡੀ ਇਹਨੂੰ ਹੁਣ ਚੰਗੀ ਤਰ੍ਹਾਂ ਸਾਫ਼ ਕਰਕੇ ਵਧੀਆ ਤਰੀਕੇ ਨਾਲ ਧੋ ਕੇ ਠੀਕ ਹੈ ਉਸ ਤੋਂ ਬਾਅਦ ਸਾਫ਼ ਕਰਦੇ ਆਪਾਂ ਠੀਕ ਹੈ ਆਹ ਦੇਖੀ ਜੀ ਕੀ ਲੱਛਣ ਫੜੇ ਨੇ ਆਹ ਦੇਖੋ ਬਾਹਲਾ ਤਿੱਖਾ ਹੋ ਗਿਆ ਉਹ ਬਸ ਬਸ ਜਾਨ ਕੱਢੇਗੇ ਦੀ ਹੁਣ ਗਰਮ ਹੋ ਗਿਆ अग नी बलदी पई यार कि बलन लगा थलो बाबा के काम ने सारे तुमसे ना हो पाए अग ਸ਼ੈਫ ਦੇ ਇੱਥੋਂ ਲੱਗਣੀ ਹੁੰਦੀ ਅੱਗ ਤੁਹਾਨੂੰ ਦੱਸਿਆ ਸੀ ਨਹੀਂ ਅੱਗ ਇਹਨਾਂ ਨੂੰ ਲਾਉਣੀ ਹੁੰਦੀ ਹੈ ਅੱਗ ਸਾਂ ਸਹੀ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਵੋਟਾਂ ਦਾ ਟਾਈਮ ਆ ਮੈਂ ਬਹਿ ਜਾ ਲਓ ਜੀ ਇਹਨੂੰ ਅਸੀਂ ਐਮਐਲਏ ਖੜਾਉਣਾ ਹੈ ਦਿੱਕੇ ਕਿਨੇ ਵਾਲੇ ਚੋਂ ਬਾਦਲ ਨੂੰ ਤੇ ਜ਼ਰੂਰ ਸਾਰੇ ਵੋਟਾਂ ਪਾਇਓ ਦਾ ਤਾਂ ਰਹਿ ਬੜੀ ਦਾ ਬੱਕਰਾ ਮੈਂ ਹੀ ਪਾਉਣਾ ਸਾਰੇ ਕਿਤੇ ਉਹ ਕਿੰਨੇ ਬੈਠੇ ਆ ਆਪਾਂ 1 2 3 4 5 ਵੋਟਾਂ ਤੈਨੂੰ ਫਿਰ ਵੀ ਇੱਕ ਹੀ ਪੈਣੀ ਉਹ ਤੂੰ ਆਪਣੀ ਨੂੰ ਪਾਏਗਾ ਜਦੋਂ ਜਦੋਂ ਡਿਊਟੀ ਸ਼ਟਰ ਵਾਲਾ ਜਾਂਦਾ ਸੀ ਨਾ ਘਰ ਦੇ ਬੰਦਿਆਂ ਨੇ ਮੇਰੀ ਪਾਈ ਹੋਈ ਮੇਰਾ ਤਾਂ ਮਹਾਵਦਾ ਜੀ ਨਹੀਂ ਕਰਦਾ ਉਹਦੇ ਨੂੰ ਵੋਟ ਪਾਉਣ ਨੂੰ ਤੁਸੀਂ ਕਿਉਂ ਪਾਉਂਗੇ ਅੱਜ ਨਹੀਂ ਮਰਦੀਆਂ ਚਾਪਾਂ ਆਈ ਨਹੀਂ ਲੱਗਦੀ ਅੱਗ ਇਹ ਬੜੀ ਔਖੀ ਵੀ ਅੱਗ ਬਲਮੀ ਹਾਂ ਇਹ ਹੁਣ ਕਾਟਣਾ ਕੋਲੇ ਵੀ ਠੰਡੇ ਹੋ ਗਏ ਯਾਰ ਚਲੋ ਠੀਕ ਹੈ ਜੀ ਮਿਲਦੇ ਅੱਗ ਬਲ ਕੇ ਅੱਗ ਬਲੀ ਨਹੀਂ ਹੁਣ ਚਾਸ ਦੇ ਤਰੀਕੇ ਦੇ ਕਵਾਕ ਲਾਉਣ ਦੇ ਪੈਟਰੋਲ ਪਾ ਰਿਆ ਆ ਪੈਟਰੋਲ ਪਾ ਕੇ ਹੁਣ ਦੇਖੀ ਤਾਂ ਅੱਗ ਬਲਦੀ ਅੱਗ ਕਿਸੇ ਹੋਰ ਪਾਸੇ ਨਾ ਲਾ ਦੀ ਨਾ ਨਾ ਤਾਂ ਲਓ ਜੀ ਅੱਜ ਤੁਹਾਨੂੰ ਵਲੌਗ ਦੇ ਵਿੱਚ ਇੰਟਰੋਡਿਊਸ ਕਰਾਉਨੇ ਆ ਅਸੀਂ ਵਕੀਲ ਸਾਹਿਬ ਨੂੰ ਆ ਜਾਓ ਪਹਿਲੀ ਵਾਰੀ ਇੰਟਰੋਡਿਊਸ ਹੋ ਰਿਹਾ ਹੈ ਚੰਡੀਗੜ੍ਹ ਰਹਿੰਦਾ ਤਾਂ ਬਿਜੀ ਬਹੁਤ ਹਾਂ ਹਾਂ ਪਤਾ ਨਹੀਂ ਹੁਣ ਕਿਹਦੇ ਕੰਮ ਕਰਦੇ ਨੇ ਆ ਜਾ ਇਹ ਹੈ ਜੀ ਜੱਸ ਦਾ ਭਰਾ ਛੋਟਾ ਬ੍ਰਦਰ ਹੈ ਤੇ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਆਪਣਾ ਵਕੀਲ ਦੀ ਤਿਆਰੀ ਕਰ ਰਿਹਾ ਹੈ ਆਪਣੀ ਬਾਦਲ ਸਾਹਿਬ ਆ ਗਿਆ ਸਟੱਡੀ ਕੰਪਲੀਟ ਹੋ ਗਈ ਹੈ ਤੇ ਹੁਣ ਪ੍ਰੈਕਟਿਸ ਕਰ ਰਿਹਾ ਉੱਥੇ ਠੀਕ ਹੈ ਨਾ ਸਤਿ ਸ਼੍ਰੀ ਅਕਾਲ ਲਾਓ ਸਾਡੇ ਸਰੋਤਿਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਵੀਅਰਸ ਨੂੰ ਇਹ ਜੱਸ ਤੇ ਹੁਣ ਮੈਂ ਤੁਹਾਨੂੰ
ਜਸ ਕਰਾਂ ਮੈਂ ਪੁੱਠੇ ਕੰਮ ਕਰਿਆ ਕਰੂੰ ਮੇਰਾ ਭਾਈ ਵਕੀਲ ਆ ਮੈਨੂੰ ਬਚਾਇਆ ਕਰੂੰ ਕੋਈ ਨਹੀਂ ਜ਼ਰੂਰ ਇਹ ਵੈਸੇ ਤੇਰੇ ਤੇ ਢੁਕਦੀ ਹੈ ਇੱਥੇ ਢੁਕਦੀ ਹੈ ਨਾ ਬਾਕੀ ਬਾਦਲਾਂ ਦੀ ਸਰਕਾਰ ਹੈ ਕੁਛ ਹੋ ਸਕਦਾ ਲਾ ਗਿਆ ਸੀ ਪਹਿਲੇ ਵਲੌਗ ਚ ਕਿਉਂਕਿ ਸਾਡੇ ਕੋਲ ਸਾਰੇ ਵਲੌਗਰ ਨੇ ਆਹ ਵੇਖ ਇੱਧਰ ਪਿੱਛੇ ਇਸ਼ਾਰੇ ਮਾਰਦਾ ਤੇ ਹੋਰ ਠੀਕ ਠਾਕ ਵਧੀਆ ਰਿਹਾ ਸਫ਼ਰ ਚਲੋ ਠੀਕ ਹੈ ਜੀ ਮਿਲਦੇ ਹਾਂ ਮਾਤਾ ਜੀ ਨੂੰ ਬੁਲਾਇਆ ਅੱਗ ਲਾਉਣ ਵਾਸਤੇ ਦੇਖ ਲਓ होटल खोलना ही खोलना कह जल भी खोलना होटल खोलना देख भी लेना जोर लग्या पूरा थोड़ी नहीं जोर लग्या पूरा जोर अग बली है ना इहदे पिछे बहुत वड्डा राज आ तुहानू एंड ते दसांगे ओ बलदे नहीं होर पाई जांदे चलो बहुत वधिया शाबाश आज रब्बा ਜਾਈਆਂ ਇਹਨਾਂ ਨੇ ਅੱਗ ਬਾਲ ਲਈ ਐਈਆਂ ਹੀ ਚਾਂਪਾ ਬਣਾਉਣਗੇ ਤੂੰ ਸਾਡੇ ਸ਼ੈਫ ਪੂਣੇ ਦੇ ਉੱਤੇ ਉਹ ਨਹੀਂ ਕਰਨਾ ਟਾਰਗੇਟ ਨਹੀਂ ਕਰਨਾ ਇੰਨੇ ਮਸ਼ਹੂਰ ਸ਼ੈਫ ਨੇ ਨਾ ਇਹ ਛੱਡ ਦੋ ਗੱਲਾਂ ਆ ਬਾਹਰੇ ਗੇਟ ਬਾਹਰੇ ਹੀ ਲਾਈਨ ਲੱਗੀ ਪਈ ਆ ਲੋਕਾਂ ਦੀ ਜ਼ੋਰ ਲੱਗ ਗਿਆ ਆਰਡਰ ਆਰਡਰ ਬੁੱਕ ਹੋ ਚੱਕੇ ਨੇ ਉਹ ਸਿਰ ਨੱਕ ਮੋੜ ਆ ਵੀ ਗਿਆ ਉਹ ਸਿਰ ਨੱਕ ਮੋੜ ਲੱਗ ਜਾਣਾ ਇਹ ਸਿਰ ਨੱਕ ਮੋੜ ਲੱਗ ਜਾਣਾ ਮੇਰਾ 10,000 ਰੁਪਏ ਦਾ ਨੁਕਸਾਨ ਕਰਤਾ ਇਹਨਾਂ ਨੇ ਇਹ ਸਿਰ ਘਮਾਉਣਗੇ ਹੁਣ ਗੁੱਸਾ ਬੜਾ ਚੜ ਗਿਆ ਯਾਰ ਛੱਲੀ 10 ਰੁਪਏ ਛੱਲੀ ਕੀ ਵਾਕਿਆ ਬਾਦਲ ਦੇ ਅੰਡ ਤੇ ਵਿੱਚ बाकी कोई नी जी फाइनली अग बल चुकी है जस भजियां दा छाला चकाई लो भी मित्रों शिकार विच पै चुकिया इनू हुण आपां राड़ांगे राड़ांगे नी ओ की करांगे की हुंदा ओ ग्रिल करांगे ग्रिल करांगे ठीक है ना जी ते चलो मिलदे जी फिर हुण आपां हौली हौली ਆਏ ਕਰ ਜਾ ਥੋੜੇ ਜਿਹੇ ਨਾ ਕੋਲੇ ਹੋਰ ਪਾ ਲਾ ਭਾਜੀ ਤੂੰ ਨੱਕ ਗਿਆ ਮੈਂ ਦੱਸ ਦੀ ਫਿਰ ਮੈਂ ਕਰੂੰਗਾ ਹੋਰ ਬਈ ਫਾਈਨਲੀ ਹੋਰ ਪਾ ਲਾ ਕੋਲੇ ਕਹਿੰਦਾ ਹੋਰ ਪਾ ਲਾ ਕੋਲੇ ਮੈਂ ਹੀ ਪਕਾ ਲੈਣੇ ਪਾ ਪਾ ਕੇ ਹੈ ਓਏ ਬਾਅਦ ਚ ਪਤਾ ਲੱਗਿਆ ਅੱਗ ਸੇਕ ਕੇ ਚਲੇ ਗਏ ਨੇ ਉਹੀ ਚੰਪਾ ਚੁੰਪਾ ਵਾਲਾ ਪਲਾਨ ਬਣਿਆ ਨਹੀਂ ਆ ਵੇਖੋ ਜੀ ਬਸ ਬਸ ਛੱਡ ਇੰਨੀ ਮੁਸ਼ਕਲ ਤੋਂ ਬਾਅਦ ਥੋੜਾ ਜਿਹਾ ਹੱਲ ਹੋਇਆ ਲੈ ਵੀ ਸਵਾਦ ਆ ਗਿਆ ਨਜ਼ਾਰਾ ਆ ਗਿਆ ਲੋ ਵੀ ਮੁੰਡਿਆਂ ਨੇ ਅੱਗ ਬਾਲਤੀ ਆ ਬੱਲੇ बेचारा धक्का ही हो वर्क शुरू अपने स्प्रिंग रोल लग गए ने हुण चंपा की वारी है चंपा हुण मैं करदा सैट ਮੇਰੀਆਂ ਤਿਆਰ ਹੋ ਰਹੇ ਸਪ੍ਰਿੰਗ ਰੋਲ ਤਿਆਰ ਹੋ ਰਹੇ ਮੇਰੇ ਮੈਂ ਲੈ ਕੇ ਪਕਾ ਕੇ ਲੰਘ ਜਾਣਾ ਤੇ ਹੁਣ ਮੈਂ ਚੰਪਾ ਲਾ ਰਿਹਾ ਬੱਲੇ ਬੱਲੇ ਔਖਾ ਹੀ ਕੰਮ ਆ ਨਾ ਔਖਾ ਹੀ ਯਾਰ ਬਾਹਰੋਂ ਹੀ ਖਾਣੀਆਂ ਸੌਖੀਆਂ ਨੇ ਬਾਹਰੋਂ ਇਹਦਾ ਪੱਲਾ ਲੈ ਲਿਆ ਸੀ ਅਰੇ ਆ ਵੀ ਇਹੋ ਜਿਹੀਆਂ ਗੱਲਾਂ ਨਹੀਂ ਮਿਲਦੀਆਂ ਮੁੜ ਕੇ ਆ ਲਓ ਜੀ ਆਪਾਂ ਚੰਪਾ ਇੱਕ ਲਾਈਏ ਦੋ ਲਾਈਏ ਮੈਨੂੰ ਲੱਗਦਾ ਹੈ ਮੈਨੂੰ ਲੱਗਦਾ ਹੈ ਜੋ ਇੱਕ ਚੀਜ਼ ਮਿਸਿੰਗ ਆ ਨਾ ਕਿਹੜੀ ਮਾਜੇ ਬਿਨਾਂ ਆਪਾਂ ਨੂੰ ਮਜ਼ਾ ਨਹੀਂ ਆਉਂਦਾ रहा नहीं जाता तड़प ही ऐसी है ना शेरा इधरों साइड तो वॉच करता होया इन्हां नूं ले अपना सड़न ना जान चल शेरे तू वेला ही है ना ना मैं चिखा फड़िया यार ਸਾਬਾਸ ਬੜਾ ਭਾਰਾ ਕੰਮ ਕੀਤਾ ਨੇ
ਯਾਰ ਮੈਨੂੰ ਤਾਂ ਇਹ ਆ ਵੀ ਕਿਤੇ ਹੱਥ ਉਂਗਲ ਜੀ ਨਾ ਲੰਘਾ ਲਾ ਮੈਂ ਨੌਨ ਵਿੱਚ ਬਣ ਜਾਣਾ ਵਾਹ ਬਾਈ ਵਾਹ ਖੜੇ ਨਾ ਥੱਲੇ ਦੀ ਹੋਰ ਇੱਥੇ ਸੇਕ ਜ਼ਿਆਦਾ ਲੱਗਦਾ ਹੈ ਨਾ ਉਹ ਘੁੰਮਦੇ ਨਹੀਂ ਰਿਹਾ ਇਹ ਇੱਥੋਂ ਘੁੰਮਦੇ ਨਾ ਨਹੀਂ ਘੁੰਮ ਰਿਹਾ ਉਹ ਵਿੱਚ ਘੁੰਮੀ ਜਾਂਦੀ ਹੈ ਅੱਛਾ पूरा पूरा प्रबंध हो गया ब्लॉगर साहब देख माड़ा जा हां जी सर किदां आ देख इधर चाप तैयार की थी इधर कटिंग चल रही है क्या बात देख रही है देख इधर गर्मा गर्म चको गर्मा गर्म चको काले ने चंपा जद का स्प्रिंग रोल टेस्ट करन देखदा किदां दे ने चापा लगे जी तैयार करन पहला रेडी कर दे मक्खन पाड़ीए मैं अफगानी चाप बना दे रेड़ी लानी है याद रखियो देखिये हूं तक मैं दस तो इन्हों एक नंबर पेस्ट तैयार कर लिया आ सारे मसाले मसूले पा के हूं बस जो चांपा रेडी हुई ने इन्हों इन्ह च पा के देखी वरतू हूँ पूरे प्रोफेशनल वाली फील बड़ा जबरदस्त पूरा पेस्ट तैयार किया म्यूनिस भी पाती सॉरी पाती पुठे काम तेरे बादल इन मैं क्या सी बड़ा चक लिया कोई कौला ते पहली प्लेट अपनी तैयार हो गई है ते आ देख सकते हो तुम ये मसाला मसूला ला के यार पूरी बढ़िया बनाती है हम मैं टेस्ट करके दिखाऊंगा कि दी है जस ने देखो गार्निश देखो कि हुई है तरीफा हो रही है कि फिर पूरी सरह टेस्ट करके देख आहा दही फोक ਪਿੰਦਰ ਨੇ ਆਪਣੇ ਹੱਥ ਨਾਲ ਤਿਆਰ ਕੀਤੀ ਮਸਾਲਾ ਮਸੂਲਾ ਪਾ ਕੇ ਆਹਾ ਕੈਂਟ ਕੈਂਟਮ ਕੈਂਟ ਪੂਰੀ ਪਾਸ ਹੋ ਗਏ ਕਿ ਨਹੀਂ ਪਾਸ ਪਾਸ ਬਾਰਬੀਕਿਊ ਘਰ ਚ ਲਾਇਆ ਪਹਿਲੀ ਵਾਰੀ ਬਣਾਈਆਂ ਨੇ ਐਂਡ ਕਰਾਤੀ ਕਿ ਨਹੀਂ
दबदे नहीं ला शेरे नूं भी चेक करा दिए ला शेरे ला फट भाई ला फट तू भी ना रह जी पिछे कि फट सुखबीर लगे टेस्ट करन जेनुइन रिव्यू दई गल्लां बहुत करदा सीगा सानू कि भी बनूगा कि नहीं बनूगा मैं सच दसा जी मेनू एक गल दस जिदा तू कह रहा इधर देखो प्लेट इन्हे सुखबीर ने अमृत छकिया होया ना इस करके अड कट के दित्तियां ने दस हुण कैंड है बहुत वधिया जी कोई गरम गरम खा रहे ने तैयार हो रही ने गरम गरम चक रहे दो चाबा रह गए स्प्रिंग रोल की बारी आएगी हूं स्प्रिंग रोल अगे टेस्ट करके दिखाने भी कि ठीक है चलो मिलते जी फिर हम ग्रेट लो जी पिंदर लाता ड्यूटी ते चांपा राड़ रहा है ते आहो मतलब ग्रिल कर रहा इधर जस लगे हुआ तैयारी करन पूरी ते मेरे स्वाद ही बहुत आ इधर मुच्छा नु ता दते जा रहे ने बादल साहब अंकल जी वाला मसाला ल्यांदा सी अंकल जी आंटी जी मिले नहीं एमडीएच इकोनॉमी चीज दो दो अंकल हां सारे अंकल इकट्ठे हो गए ने आंटी जी नहीं मिले और जी मिलातीमेंट हो रहा देखो जासा च करू कुछ ना कुछ जस ने इधर फार्मूला ला के करता काम तैयार हां जी अपनिया चांपा ते जेड़े स्प्रिंग रोल ने रेडी हो गए सीगे देख लो किमें हल्क छुटे इन्हों है किमें टुट टुट के पे हुए ने है वेट भी नहीं कर रहे तो मैं भी दे दो बहुत मेहनत लगी है बहुत ज्यादा अग ही बड़ी औखी बली अपने पहले तो अग बहुत अगी औखी बली बड़ी मशक्कत की पर कहते ना मेहनत करके हर एक चीज़ वधिया होंगी है
देखो जिहड़ा कहिंदा सीगा भी स्वाद नहीं बनिया इन्हां तों बननिया नहीं सब तों पहला प्लेट दे विच शरेआम लग्गिया होया आ भाई कैसी लगी आ गए स्वाद देख लो इहनूं होर फिर किदां लग्गिया बोले नहीं जांदा सिरा लग्या पिया काम बहुत घंट तो ठीक है जी ए सी की अज दी वीडियो किदां दी लगी लाइक कमेंट शेयर करके जरूर दसना चैनल जरूर सबसक्राइब कर लेना ते मिलते हैं किसी नैक्सट ब्लॉग के तद तक नहीं सारे सत श्रीकाल जी ते बाय बाय तो बाय कर दो बाय बाय बारबीक्यू